ਕਿ ਸਭ ਤੋਂ ਪਹਿਲੀ ਆਵਾਜ਼ ਜਿਹੜੀ ਆਈ ਸੀ ਜਿਸ ਦਿਨ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣਿਆ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਕਿ ਕਰਤਾਰਪੁਰ ਦਾ ਲਾਂਘਾ ਦੇਣਗੇ। ਉਦੋਂ ਤੇ ਮੋਦੀ ਨੂੰ ਪਤਾ ਹੀ ਨਹੀਂ ਸੀ ਕਿ ਲਾਂਘਾ ਮਿਲੂ, ਜਿਹੜਾ ਮਤਲਬ ਕੁਲਦੀਪ ਸਿੰਘ ਵਡਾਲੇ ਦੀ ਅਰਦਾਸ ਦਾ ਕੋਈ ਮੁੱਲ ਨਹੀਂ, ਜਿਹੜੀ 18 ਸਾਲਾਂ ਅਰਦਾਸਾਂ ਹੁੰਦੀਆਂ ਰਹੀਆਂ ਨੇ ਤੇ ਗੁਰੂ ਸਾਹਿਬ ਨੇ ਵੀ 18 ਸਾਲ ਦੀ ਉਸ ਧਰਤੀ ਤੇ ਪੂਰੇ 18 ਸਾਲ ਦੀ ਅਰਦਾਸ ਤੋਂ ਬਾਅਦ ਉਹ ਰਸਤਾ। ਪੰਜਾਬ ਦੇ ਚਾਰੋਂ ਜਿਮਨੀ ਚੋਣ ਹਲਕਿਆਂ ਦੇ ਵਿੱਚ ਚੋਣ ਅਖਾੜਾ ਲੱਗ ਚੁੱਕਾ ਹੈ ਅਤੇ ਜਿਮਨੀ ਚੋਣ ਦੀ ਪ੍ਰਚਾਰ ਦਾ ਦੌਰ ਜਿਹੜਾ ਤੇਜ਼ ਹੋ ਚੁੱਕਾ ਹੈ। ਇਸੇ ਕੜੀ ਦੇ ਵਿੱਚ ਅੱਜ ਹਲਕਾ ਫਗਵਾੜਾ ਦੇ ਪਿੰਡ ਪਾਖੜੀਆਣਾ ਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਲਕਾ ਫਗਵਾੜਾ ਦੇ ਜਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਨ। ਸੋ ਅਸੀਂ ਇਹਨਾਂ ਨੂੰ ਅੱਜ ਜਾਣਾਂਗੇ ਕਿ ਇਹ ਜਿਹੜੇ ਮੁੱਦੇ ਨੇ ਇਹ ਵਿਕਾਸ ਦਾ ਦਾਅਵਾ ਤਾਂ ਕਰ ਰਹੇ ਨੇ ਪਰ ਜਿਹੜੇ ਵਿਰੋਧੀ ਨੇ ਉਹ ਲਗਾਤਾਰ ਇਹਨਾਂ 'ਤੇ ਸਵਾਲਾਂ ਨਿਸ਼ਾਨ ਚੱਕ ਰਹੇ ਨੇ ਅਤੇ ਅਸੀਂ ਜਾਣਾਂਗੇ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਉਸ ਬਾਰੇ ਕੀ ਕਹਿਣਾ। ਸੋ ਸਾਡੇ ਨਾਲ ਇਸ ਟਾਈਮ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ, ਅਸੀਂ ਜਾਣਾਂਗੇ ਕਿਹੜੇ ਕਿਹੜੇ ਜਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਵਿਰੋਧੀ ਧਾਰ ਇਹਨਾਂ ਜਿਮਨੀ ਚੋਣ ਲਗਾਤਾਰ ਘੇਰ ਰਿਹਾ ਕਾਂਗਰਸ ਨੂੰ, ਅਸੀਂ ਇਹਨਾਂ ਬਾਰੇ ਜਾਣਾਂਗੇ। ਰੰਧਾਵਾ ਜੀ, ਜਿਮਨੀ ਚੋਣ ਦਾ ਜਿਹੜਾ ਪ੍ਰਚਾਰ ਦਾ ਜਿਹੜਾ ਕੰਮ ਤੇਜ਼ ਹੋ ਗਿਆ ਹੈ, ਲਗਾਤਾਰ ਜਿਹੜਾ ਹੈ ਕਿ ਵਿਰੋਧੀ ਜਿਹੜੇ ਹੈਗੇ ਨੇ ਵਿਕਾਸ ਨੂੰ ਲੈ ਕੇ ਵਿਕਾਸ ਕਾਰਜਾਂ ਨੂੰ ਲੈ ਕੇ 2017 ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀਗੇ ਮੈਨੀਫੈਸਟੋ ਦੇ ਵਿੱਚ ਉਹਨੂੰ ਘੇਰ ਰਹੇ ਨੇ, ਸਵਾਲ ਨਿਸ਼ਾਨ ਚੱਕ ਰਹੇ ਨੇ। ਗਲਤ ਇਹ ਹੈ ਕਿ ਅਕਾਲੀ ਦਲ ਖੜਾ ਹੋ ਕੇ ਜਿਹੜੇ ਵਾਅਦੇ ਜਿਹੜੀ ਗੱਲ ਕਰਦਾ ਉਹਨਾਂ ਨੇ ਇੱਕ ਸਟੇਜ 'ਤੇ ਖੜੇ ਕੇ ਉਹਨਾਂ ਨਾਲ ਮੈਂ ਗੱਲ ਕਰਨ ਨੂੰ ਤਿਆਰ ਹਾਂ ਔਰ ਦੱਸਾਂਗੇ ਕਿ ਅਸੀਂ ਕਿਹੜੇ ਆਪਣੇ ਵਾਅਦੇ ਪੂਰੇ ਕੀਤੇ ਆ ਔਰ ਉਹਨਾਂ ਦੇ ਦੱਸਾਂਗੇ ਜਿਹੜੇ ਉਹਨਾਂ ਨੇ 10 ਸਾਲ ਕਹੇ ਸੀ ਕਿ ਟਰੱਕਾਂ 'ਚ ਪੈਸੇ ਆਉਣਗੇ ਉਹਨਾਂ ਦਾ ਵੀ ਉਹਨਾਂ ਕੋਲੋਂ ਹਿਸਾਬ ਮੰਗਾਂਗੇ ਅਤੇ ਉਹਨਾਂ ਨੂੰ ਦੇਵਾਂਗੇ ਵੀ। ਜਿਹੜੀ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਕੰਮ 'ਤੇ ਲੜ ਰਹੇ ਹਾਂ, ਆਪਣੇ ਜੋ ਅਸੀਂ ਅੱਜ ਤੱਕ ਕੀਤਾ ਜੋ ਸਾਡੀ ਸਰਕਾਰ ਨੇ ਕੀਤਾ ਉਹਦੇ ਲਈ ਅਸੀਂ ਲੋਕਾਂ ਕੋਲ ਜਾ ਕੇ ਵੋਟਾਂ ਮੰਗ ਰਹੇ ਹਾਂ। ਅਸੀਂ ਇਹ ਨਹੀਂ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੁੱਟਣ ਲਈ ਆਉਂਦਾ ਹੁੰਦਾ ਸੀ, ਐਜ ਏ ਚੀਫ ਮਿਨਿਸਟਰ ਨੇ ਆਪਣੇ ਸੀ ਐੱਮ ਨੂੰ ਆਖਿਆ ਕਿ ਉਹ ਗੱਲ ਨਹੀਂ ਕਰਨੀ। ਇਸ ਲਈ ਤੁਸੀਂ ਦੇਖਿਆ ਹੋਣਾ ਕਿ ਬਹੁਤ ਫੌਜਾਂ ਨਹੀਂ ਦੌੜੀਆਂ ਫਿਰਦੀਆਂ, ਅਰੋੜਾ ਸਾਹਿਬ ਸਾਡੇ ਇੱਥੇ ਇੰਚਾਰਜ ਨੇ, ਉਹਨਾਂ ਦਾ ਜਿਸ ਦਿਨ ਸਾਨੂੰ ਮੈਸੇਜ ਆਉਂਦਾ ਅਤੇ ਅਸੀਂ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਅਟੈਂਡ ਕਰ ਲਈ ਆਉਂਦੇ ਹਾਂ। ਵਿਰੋਧੀਆਂ ਦਾ ਇਹ ਵੀ ਕਹਿਣਾ ਸ਼ਗਨ ਸਕੀਮ ਆ ਜਿਹੜੀ ਬੇਰੁਜ਼ਗਾਰੀ ਹਲੇ ਉੱਦਾਂ ਹੀ ਸ਼ਗਨ ਸਕੀਮ ਮਿਲ ਮਿਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਪੈਨਸ਼ਨਸ ਉਹਨਾਂ ਵੇਲੇ ਨਹੀਂ ਸੀ ਲੱਗੀਆਂ, ਕਈ ਕਈ ਮਹੀਨੇ 6-6 ਮਹੀਨੇ ਉਹਨਾਂ ਨੂੰ ਪੈਨਸ਼ਨ ਨਹੀਂ ਸੀ ਆਉਂਦੀ, ਸਾਲ ਸਾਲ ਨਹੀਂ ਸੀ ਆਉਂਦੀ, ਸਾਡੀ ਹਰ 5 ਤਰੀਕ ਨੂੰ ਲੋਕਾਂ ਦੀ ਓਲਡ ਏਜ ਪੈਨਸ਼ਨ ਚਲ ਜਾਂਦੀ ਹੈ ਔਰ ਸ਼ਗਨ ਸਕੀਮ ਵੀ ਸਾਡੀ ਔਨਲਾਈਨ ਹੈ। ਇਹ ਜ਼ਰੂਰ ਹੈ ਕਿ ਪਹਿਲਾਂ ਅਕਾਲੀ ਵੰਡਦੇ ਸੀ, ਹੁਣ ਅਸੀਂ ਉਹ ਕੰਮ ਬੰਦ ਕਰ ਦਿੱਤਾ, ਅਸੀਂ ਸਿੱਧਾ ਹੀ ਉਹਨਾਂ ਦੇ ਅਕਾਊਂਟ ਵਿੱਚ ਪੈਸਾ ਪਾ ਦੇਣਾ, ਇਸ ਕਰਕੇ ਰੌਲੀ ਨਹੀਂ ਪੈਂਦੀ ਅਤੇ ਇਹਦੇ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਪੈਸੇ ਜਾਂ ਪੈਨਸ਼ਨ ਨਹੀਂ ਜਾ ਰਹੀ। ਇੱਕ ਸਰ ਬੜੇ ਲੰਬੇ ਅਰਸੇ ਬਾਅਦ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਸੁਣਿਆ ਸਰ ਤੁਹਾਡੇ ਕੋਲੋਂ। ਨਹੀਂ, ਨਵਜੋਤ ਸਿੰਘ ਸਿੱਧੂ ਕਦੀ ਵੀ ਨਹੀਂ ਜਿਹੜੇ ਕਾਂਗਰਸ ਦੇ ਵਿੱਚ ਅਜੇ ਵੀ ਨੇ ਹੁਣ ਵੀ ਨੇ, ਤੁਸੀਂ ਇਹ ਤਾਂ ਨਾ ਕਹੋ ਕਿ ਨਵਜੋਤ ਸਿੰਘ ਸਿੱਧੂ ਮਿਨਿਸਟਰੀ 'ਚੋਂ ਨਿਕਲ ਕੇ ਕਾਂਗਰਸ ਹੀ ਨਹੀਂ। ਮੈਂ ਕਹਿ ਰਿਹਾ ਕਿ ਕੁਲਦੀਪ ਸਿੰਘ ਵਡਾਲਾ ਅਕਾਲੀ ਨੇ, ਮੈਂ ਉਹਨਾਂ ਦਾ ਵੀ ਕਿਹਾ ਕਿ ਉਹਨਾਂ ਦਾ ਯੋਗਦਾਨ ਸੀਗਾ ਅਤੇ ਮੈਂ ਸਾਰਿਆਂ ਦਾ ਹੀ ਕਹਿ ਰਿਹਾ। ਸੁਖਜਿੰਦਰ ਰੰਧਾਵਾ ਦਾ ਇਹ ਕਹਿਣਾ ਹੈ ਕਿ ਵਿਰੋਧੀ ਚਾਹੇ ਸਾਡੇ 'ਤੇ ਸਵਾਲਾਂ ਨਿਸ਼ਾਨ ਚੱਕੇ ਜਾਣ ਵਿਕਾਸ 'ਤੇ, ਪਰ ਕਾਂਗਰਸ ਸਰਕਾਰ ਨੇ ਵਿਕਾਸ ਕਰਾਇਆ ਹੈ ਔਰ ਉਸੇ ਦਮ ਦੇ ਉੱਤੇ ਜਿਮਨੀ ਚੋਣ ਲੜੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਜਨਤਾ ਜਿਹੜੀ ਹੈ ਕਿੰਨਾ ਕੁ ਵਿਸ਼ਵਾਸ ਪ੍ਰਗਟ ਕਰਦੀ ਹੈ ਇਸ ਕਾਂਗਰਸ ਸਰਕਾਰ 'ਤੇ ਅਤੇ ਕਾਂਗਰਸ ਦੇ ਨੁਮਾਇੰਦਿਆਂ 'ਤੇ। ਚਿਰਾਗ ਸ਼ਰਮਾ, ਅਜੀਤ ਵੈੱਬ ਟੀ ਵੀ, ਫਗਵਾੜਾ।